ਡਾਕਟਰ ਵਰਯਮ ਸਿੰਘ ਸੰਧੂ ਦੀ ਪੁਸਤਕ ਸ਼ਹੀਦ ਭਾਈ ਮੇਵਾ ਸਿੰਘ ਲੋਪੋ ਕੇ ਦਾ ਅਗਲਾ ਅੰਗ ਹੈ ਕਾਮਾਗਾਟਾ ਮਾਰੂ ਜਹਾਜ਼ ਦਾ ਕੈਨੇਡਾ ਆਉਣਾ ਇਸ ਸਾਰੇ ਘਟਨਾਕ੍ਰਮ ਨਾਲ ਕਾਮਾਗਾਟਾ ਮਾਰੂ ਜਹਾਜ਼ ਦਾ ਕੈਨੇਡਾ ਦੇ ਤੱਟ ਤੇ ਪਹੁੰਚਣ ਤੇ ਵਾਪਸ ਮੁੜੇ ਜਾਣ ਦਾ ਬਿਰਤਾਂਤ ਵੀ ਡੂੰਗੀ ਤਰ੍ਹਾਂ ਜੁੜਿਆ ਹੋਇਆ ਹੈ ਇਸ ਮੌਕੇ ਹੌਪਕਿੰਸਨ ਹਿੰਦਿਆ ਖਿਲਾਫ ਹੋਰ ਵੀ ਖੁੱਲ ਕੇ ਖੇਡਣ ਲੱਗਾ ਉਹ ਹਿੰਦਵਾਸੀਆਂ ਦੀਆਂ ਅੱਖਾਂ 'ਚ ਬੁਰੀ ਤਰ੍ਹਾਂ ਰੜਕਣ ਲੱਗਾ ਸੀ ਕਾਮਾਗਟਾ ਮਾਰੂ ਦੇ ਸਾਕੇ ਬਾਰੇ ਸੰਖੇਪ 'ਚ ਜਾਣ ਲੈਣਾ ਇਸ ਲਈ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਪਹਿਲਾ ਇਸ ਨਾਲ ਜਹਾਜ਼ ਦੇ ਮੁਸਾਫਰਾਂ ਦੇ ਨਾਲ-ਨਾਲ ਕੈਨੇਡਾ ਵਾਸਤੇ ਹਿੰਦਿਆਨ ਦੇ ਵੀ ਉਹਨਾਂ ਵਾਸਤੇ ਕੈਨੇਡਾ ਖੁੱਲ ਜਾਣ ਦੀ ਉਮੀਦ ਦਾ ਜੁੜਨਾ ਜਾਂ ਟੁੱਟਣਾ ਜੁੜਿਆ ਹੋਇਆ ਸੀ ਮੁਸਾਫਰਾਂ ਨੂੰ ਉਤਾਰੇ ਬਿਨਾਂ ਜਹਾਜ਼ ਦੇ ਵਾਪਸ ਮੋੜ ਜਾਣ ਦਿੱਤੇ ਜਾਣ ਕਾਰਨ ਇਹ ਉਮੀਦ ਟੁੱਟ ਗਈ ਦੂਸਰਾ ਇਸ ਨਾਲ ਭਾਈ ਗੁਰਦਿੱਤ ਸਿੰਘ ਤੇ ਜਹਾਜ਼ ਦੇ ਹੋਰ ਆਗੂਆਂ ਦੀ ਕੈਨੇਡਾ 'ਚ ਰਹਿੰਦੇ ਗਦਰੀ ਆਗੂਆਂ ਦੀ ਆਪਸੀ ਰਿਸ਼ਤਗੀ ਪੈਦਾ ਹੋਈ। ਇਸ ਰਿਸ਼ਤਗੀ ਅਤੇ ਦਾ ਪੂਰੇ ਇਸ ਪੂਰੇ ਘਟਨਾਕ੍ਰਮ ਤੇ ਪੈਣ ਵਾਲਾ ਪ੍ਰਭਾਵ ਵੀ ਸਬੰਧਤ ਸੀ। ਤੀਸਰਾ ਇਸ ਕਾਂਡ ਨੇ ਭਾਰਤ ਦੀ ਅੰਗਰੇਜ਼ੀ ਸਰਕਾਰ ਬਰਤਾਨੀਆ ਦੀ ਸਰਕਾਰ ਤੇ ਕੈਨੇਡਾ ਦੀ ਸਰਕਾਰ ਦੇ ਆਜ਼ਾਦੀ ਬਰਾਬਰੀ ਦੇ ਭਾਈਚਾਰੇ ਦੇ ਮੁਦਈ ਹੋਣ ਦੇ ਦਾਅਵੇ ਦਾ ਹੀ ਇਸ ਪਿਆਜ ਖੋਲ ਕੇ ਰੱਖ ਦਿੱਤਾ ਚੌਥਾ ਇਸ ਕਾਂਡ ਦੇ ਵਾਪਰਨ ਨਾਲ ਕੈਨੇਡੀਅਨ ਸਰਕਾਰ ਤੇ ਹੌਪਕਿੰਸਨ ਤੇ ਬੇਲਾ ਸਿੰਘ ਵਰਗੇ ਚਾਟੜੀਆਂ ਦੇ ਧੜੇ ਦਾ ਆਪਸੀ ਗੱਠ ਜੋੜ ਤਾਂ ਨੰਗੀ ਚਿੱਟੇ ਰੂਪ ਚ ਜਗ ਜाहिर ਹੋਇਆ ਹੀ ਸੁਗੋਏ ਦੇ ਨਾਲ ਹੀ ਹੌਪਕਿੰਸਨ ਧੜੇ ਦਾ ਦੇਸ਼ ਭਗਤ ਅੜੇਚ ਵਿਰੋਧ ਹੋਰ ਵੀ ਤਿੱਖਾ ਹੋ ਗਿਆ ਇਸ ਤਿੱਖੇ ਵਿਰੋਧ ਦੇ ਫਲ ਸ্বরূপ ਹੌਪਕੈਂਸਨ ਦੇ ਕਤਲ ਦੀ ਘਟਨਾ ਵਾਪਰਨ ਦਾ ਸਬਬ ਬਣਿਆ ਜਦੋਂ ਮਲਾਇਆ ਚ ਰਹਿੰਦੇ ਭਾਈ ਗੁਰਦੇਵ ਸਿੰਘ ਨੇ ਆਪਣੇ ਦੇਸ਼ ਭਾਈਆਂ ਨਾਲ ਵਿਦੇਸ਼ਾਂ ਵਿੱਚ ਹੁੰਦੀ ਦੁਰਗਤ ਤੇ ਬੇਇਨਸਾਫੀ ਦੀ ਕਹਾਣੀ ਨੂੰ ਸੁਣਿਆ ਤਾਂ ਉਹਦੇ ਮਨ ਚ ਰੋਸ ਦੇ ਨਾਲ ਨਾਲ ਹਿੰਦੀ ਭਰਾਵਾਂ ਲਈ ਕੁਝ ਕਰਨ ਦੀ ਕਸਰ ਤੇ ਤਾਂਗ ਵੀ ਜਾਗ ਉੱਠੀ ਗੁਰਦੇਵ ਸਿੰਘ ਨੂੰ ਮਲਾਇਆ ਚ ਵਸਣ ਸਮੇਂ ਪਹਿਲੀ ਵਾਰ ਅਹਿਸਾਸ ਬੜੀ ਸਿੱਦਤ ਨਾਲ ਹੋਇਆ ਕਿ ਬ੍ਰਿਟਿਸ਼ ਕਲੋਨੀਆ ਵਿੱਚ ਕਮਾਈ ਕਰਨ ਗਏ ਭਾਰਤੀ ਕਾਮਿਆਂ ਦੀ ਹਾਲਤ ਬਹੁਤ ਹੀ ਅਮਾਨਵੀ ਤੇ ਤਰਸਯੋਗ ਸੀ ਗੁਰਦਿੱਤ ਸਿੰਘ ਆਪਣੇ ਰੋਜ਼ਾਨਾ ਜੀਵਨ 'ਚ ਆਤਮਾ ਨੂੰ ਝੰਡੋੜ ਦੇਣ ਵਾਲੀਆਂ ਅਜਿਹੀਆਂ ਝਲਕੀਆਂ ਅਕਸਰ ਵੇਖਦਾ ਰਹਿੰਦਾ ਮਲਾਇਆ 'ਚ ਗੋਰੇ ਲੋਕਾਂ ਦੇ ਚਾਹ ਤੇ ਰਬੜ ਦੇ ਬਾਗਾਂ 'ਚ ਭਾਰਤੀ ਕਾਮੇ ਕੰਮ ਕਰਦੇ ਸਨ ਇੱਕ ਦਿਨ ਅਚਨ ਚੇਤ ਗੁਰਦਿੱਤ ਸਿੰਘ ਨੂੰ ਕਾਮਿਆਂ ਦੇ ਰਿਹਾਈਸ਼ੀ ਕੁਆਟਰਾਂ 'ਚ ਜਾਣ ਦਾ ਮੌਕਾ ਮਿਲਿਆ ਇਹ ਵੇਖ ਕੇ 당 ਤੇ ਸੁੰਨ ਰਹਿ ਗਿਆ ਕਿ ਕਾਮੇ ਤਾਂ ਪਸ਼ੂਆਂ ਨਾਲੋਂ ਵੀ ਬੱਤਰ ਹਾਲਤ ਵਿੱਚ ਜਿਉਂ ਰਹੇ ਸਨ ਬਿਮਾਰੀਆਂ ਨੂੰ ਹਰ ਪਲ ਸੱਦਾ ਦੇਣ ਲਈ ਖੁੱਥੜ ਤੇ ਗੰਦੀ ਦਸ਼ਾ ਚ ਰਹਿਣ ਲਈ ਮਜਬੂਰ ਇਹਨਾਂ ਕਾਮਿਆਂ ਦੇ ਕੁਆਟਰਾਂ ਦੀ ਵੱਖੀ ਨਾਲ ਲੱਗਦੇ ਘੋੜਿਆਂ ਦੇ ਸੰਗ ਮਰਮਰੀ ਫਰਸ਼ ਵਾਲੇ ਅਸਤਬਲ ਨੂੰ ਜਦੋਂ ਨੇ ਵੇਖਿਆ ਤ ਉਸ ਅਸਤਬਲ ਦੀ ਸਫਾਈ ਦਾ ਪੱਧਰ ਇਨਸਾਨੀ ਰਿਹਾਈਸ਼ੀ ਥਾਂ ਨਾਲੋਂ ਕਿਤੇ ਵਧੀਆ ਸੀ ਪਰੇਸ਼ਾਨੀ ਚ ਘੁੰਮਦੇ ਆ ਉਹਦਾ ਟਕਰਾਚਨ ਚੇਤਕ ਯੂਰਪੀਨ ਨਾਲ ਹੋ ਗਿਆ ਗੁਰਦੇਵ ਸਿੰਘ ਅੰਦਰ ਉਬਲਦਾ ਸਵਾਲ ਉਹਦੇ ਹੋਠਾਂ ਤੇ ਆ ਗਿਆ ਉਹਨੇ ਆਖਿਆ ਮਰਨਹਾਰ ਹਾਲਤਾਂ ਵਿੱਚ ਰਹਿ ਰਏ ਨਾਕਾਮਿਆਂ ਲਈ ਤੁਸੀਂ ਘੱਟੋ ਘੱਟ ਇੰਨਾ ਕ ਤਾਂ ਕਰ ਸਕਦੇ ਹੋ ਜਾਂ ਤੁਹਾਨੂੰ ਇੰਨਾ ਕ ਤਾਂ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਅਸਤਬਲ ਵਰਗੀ ਰਹਾਇਸ਼ ਦਿੱਤੀ ਜਾ ਸਕੇ ਯੂਰਪੀਨ ਮਾਲਕ ਦੇ ਨੇ ਉਹਦੇ ਮੂਰਖਾਨਾ ਸਵਾਲ ਨੂੰ ਫੂਕ ਮਾਰ ਕੇ ਹਵਾ ਚ ਉਡਾਉਂਦਿਆਂ ਕਿਆ ਇੱਕ ਘੋੜਾ ਤਾਂ ਮੇਰੇ ਲਈ 1500 ਰੁਪਏ ਕਮਾਉਂਦਾ ਹੈ ਜਦ ਕਿ ਇੱਕ ਕਾਮਾ ਵਤ ਤੋਂ ਵੱਧ ਮੈਨੂੰ 40 ਤੋਂ 50 ਰੁਪਏ ਕਮਾ ਕੇ ਦਿੰਦਾ ਹੈ ਇਸ ਲਈ ਬੰਦੇ ਤੇ ਘੋੜੇ ਦਾ ਮੁਕਾਬਲਾ ਕਰਨਾ ਵਾਜਬ ਨਹੀਂ ਹੋਰ ਪੜਤਾਲ ਕਰਨ ਤੋਂ ਪਤਾ ਲੱਗਾ ਕਿ ਘੋੜੇ ਦੇ ਰਾਸ਼ਨ ਤੋਂ ਰੋਜ਼ਾਨਾ 4 ਰੁਪਏ ਖਰਚ ਕੀਤੇ ਜਾਂਦੇ ਜਦ ਕਿ ਇੱਕ ਮਜ਼ਦੂਰ ਨੂੰ ਦਿਹਾੜੀ 'ਚ ਸਿਰਫ ਇੱਕ ਅੰਨੇ ਤੇ 6 ਪਾਈਆਂ ਨਾਲ ਗੁਜ਼ਾਰਾ ਕਰਨਾ ਪੈਂਦਾ ਸੀ ਇੰਜੀ ਕੋੜਾ 42 ਮਜ਼ਦੂਰਾਂ ਦੇ ਬਰਾਬਰ ਪੈਂਦਾ ਸੀ ਜੈ ਇਹ ਕਿਹਾ ਜਾ ਸਕਦਾ ਹੈ ਕਿ 42 ਬੰਦੇ ਮਿਲ ਕੇ ਇੱਕ ਘੋੜੇ ਜਿੰਨੀ ਕੀਮਤ ਜਾਂ ਔਕਾਤ ਦੇ ਮਾਲਕ ਸਨ ਇਹ ਸੀ ਇੱਕ ਯੂਰਪੀਨ ਪਾਲਕ ਲਈ ਪਸ਼ੂ ਦੇ ਮੁਕਾਬਲੇ ਇੱਕ ਕਾਮੇ ਦੀ ਹیثیت ਮਜ਼ਦੂਰਾਂ ਦਾ ਲਹੂ ਚੂਸ ਕੇ ਮੁਨਾਫਾ ਕਮਾਉਣ ਦੀ ਖਸਲਤ ਹਰੇਕ ਮਾਲਕ ਦੀ ਰਗ ਰਗ ਦਾ ਅੰਗ ਹੁੰਦੀ ਹੈ ਅੰਗਰੇਜ਼ ਮਾਲਕਾਂ ਦਾਏ ਬੇਕਿਰਕ ਤੇ ਮਾਨਵੀ ਬਤੀਰਾ ਗੁਰਦਿੱਤ ਸਿੰਘ ਦੀ ਸੋਹ ਆਤਮਾ ਚ ਬਰਛੀ ਦੀ ਤਿੱਖੀ ਨੋਕ ਵਾਂਗ ਡੂੰਗਾ ਦਸ ਗਿਆ ਇੰਜ ਅਚੇਤ ਹੀ ਉਹਦੇ ਮਨ ਚ ਭਾਵਨਾ ਜਾਗਰਤ ਹੋ ਗਈ ਕਿ ਜਿਵੇਂ ਵੀ ਹੋ ਸਕੇ ਆਪਣੀ ਸਮਰੱਥਾ ਅਨੁਸਾਰ ਉਹ ਆਪਣੇ ਪਰਦੇਸ ਵਸਦੇ ਭਰਾਵਾਂ ਦੀ ਮਦਦ ਜ਼ਰੂਰ ਕਰੇਗਾ ਇਨੀ ਦਿਨੀ ਦੱਖਣੀ ਅਫਰੀਕਾ ਵਿੱਚ ਭਾਰਤੀਆਂ ਦੇ ਹੱਕਾਂ ਦੀ ਰਾਖੀ ਲਈ ਮਹਾਤਮਾ ਗਾਂਧੀ ਤੇ ਹੋਰ ਕਈ ਹਿੰਦਵਾਸੀਆਂ ਨੇ ਗ੍ਰਿਫਤਾਰੀ ਦਿੱਤੀ ਸੀ ਇਸ ਘਟਨਾ ਨੇ ਵੀ ਉਹਨੂੰ ਪ੍ਰੇਰਨਾ ਦਿੱਤੀ ਕਿ ਕੈਨੇਡਾ 'ਚ ਦਾਖਲ ਹੋਣ ਦੇ ਅਧਿਕਾਰ ਲਈ ਵੀ ਲੜਾਈ ਲੜੀ ਜਾ ਸਕਦੀ ਹੈ ਤੇ ਲੜੀ ਜਾਣੀ ਚਾਹੀਦੀ ਹੈ 1913 ਦੇ ਇਸੇ ਸਾਲ 'ਚ ਸਰਕਾਰ ਵੱਲੋਂ ਦਿੱਲੀ ਦੇ ਰਿਕਾਬਗੰਜ ਗੁਰਦੁਆਰੇ ਦੀ ਕੰਧ ਢਾਹ ਦਿੱਤੇ ਜਾਣ ਨਾਲ ਸਿੱਖ ਜਗਤ ਦੇ ਮਨਾਂ ਅੰਦਰ ਜੋ ਸਰਕਾਰ ਵਿਰੋਧੀ ਰੋਹ ਜਾਗਿਆ ਸੀ ਉਸ ਰੋਹ ਦਾ ਧੂਆਂ ਵੀ ਗੁਰਦੇਵ ਸਿੰਘ ਦੇ ਮਨ 'ਚ ਧੁਖ ਰਿਹਾ ਸੀ ਇਸੇ ਸਾਲ ਮਲਾਇਆ ਚ ਨਾਮਾਤਰ ਜਾਂ ਬਹਾਨਾ ਲਾ ਕੇ 60 ਸਿੱਖਾਂ ਨੂੰ ਜੇਲ੍ਹ ਭੇਜ ਦਿੱਤਾ ਫਿਰ ਉਹਨਾਂ ਨੂੰ ਮਦਰਾਸ ਵਰਗੀ ਉਪਰੀ ਜਗ੍ਹਾ ਤੇ ਬੇਯਾਰੋ ਮਦਦਗਾਰ ਰੁਲਣ ਲਈ ਭੇਜ ਦਿੱਤਾ ਜਿੱਥੇ ਮਦਰਾਸੀ ਜ਼ਬਾਨ ਬੋਲਣ ਸਮਝਣ ਤੋਂ ਸਮਰਥ ਹੋ ਵਿਚਾਰੇ ਕੋਈ ਸਹਾਇਤਾ ਮੰਗਣ ਤੋਂ ਵੀ ਅਪਤਰ ਹੋ ਗਏ ਸਨ ਇਸ ਤੋਂ ਪਹਿਲਾਂ ਇਸੇ ਮਕਸਦ ਵਾਸਤੇ ਬੀ ਐਲ ਵਰਮਾ ਨਾਂ ਦੇ ਵਿਅਕਤੀ ਨੇ ਜਹਾਜ਼ ਕਿਰਾਏ ਤੇ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨੂੰ ਇਸ کامیابی ਨਹੀਂ ਸੀ ਮਿਲੀ ਕਿਉਂਕਿ ਇੱਕ ਤਾਂ ਉਸ ਕੋਲ ਇਹਨਾਂ ਧਨ ਨਹੀਂ ਸੀ ਦੂਜਾ ਲੋਕਾਂ ਨੂੰ ਵੀ ਉਸ ਵੱਲੋਂ ਇਸ ਮੁਹਿੰਮ ਨੂੰ ਸਫਲਤਾ ਨਾਲ ਸਿਰੇ ਚੜਾ ਸਕਣ ਦਾ ਯਕੀਨ ਨਹੀਂ ਸੀ ਪਰ ਗੁਰਦਿੱਤ ਸਿੰਘ ਪੈਸੇ ਵਾਲਾ ਵਿਅਕਤੀ ਸੀ ਤੇ ਮਲਾਇਆ ਤੇ ਸਿੰਗਾਪੁਰ ਤੋਂ ਵਪਾਰ ਕਰਦਾ ਸੀ ਉਹਨੇ ਰਬੜ ਦੇ ਕਾਰੋਬਾਰ ਵਿੱਚ ਵੀ ਕਾਫੀ ਧਨ ਕਮਾਇਆ ਸੀ ਇਹਨਾਂ ਜੋਦੀ ਆਪਣੇ ਭਾਈਚਾਰੇ 'ਚ ਚੰਗੀ ਇੱਜ਼ਤ ਤੇ ਪੈਂਟ ਸੀ ਇਸੇ ਕਰਕੇ ਪਾਈਚਾਰੇ ਦੇ ਲੋਕ ਉਹਦੇ ਉੱਤੇ ਵਿਸ਼ਵਾਸ ਕਰਕੇ ਇਸ ਮੁਹਿੰਮ ਵਿੱਚ ਉਹਦਾ ਸਾਥ ਦੇਣ ਲਈ ਤਿਆਰ ਹੋ ਗਏ ਸਨ ਇਹਨਾਂ ਕਟਨਾਵਾਂ ਨੇ ਉਹਦੇ ਮਾਨਸਿਕ ਤਵਾਜ਼ਨ ਨੂੰ ਹਿਲਾਉਣਾ ਤੇ 1913 ਵਿੱਚ ਠੇਕੇਦਾਰੀ ਤਿਆਗ ਕੇ ਜ਼ਮੀਨੀ ਹਾਲਾਤ ਨੂੰ ਠੀਕ ਤਰ੍ਹਾਂ ਜਾਣਨ ਵਾਸਤੇ ਹਾਂਗਕਾਂਗ ਪਹੁੰਚ ਗਿਆ ਹਾਂਗਕਾਂਗ ਪਹੁੰਚ ਕੇ ਗੁਰਦੇਵ ਸਿੰਘ ਨੇ ਦਸੰਬਰ 1913 ਨੂੰ ਗੁਰਦੁਆਰੇ 'ਚ ਇਕੱਠੀ ਹੋਈ ਸੰਗਤ ਨੂੰ ਪੁੱਛਿਆ ਕਿ ਜੇ ਸੰਗਤ ਦੀ ਇੱਛਾ ਹੋਵੇ ਤਾਂ ਆਪਣੇ ਭਰਾਵਾਂ ਲਈ ਕੁਝ ਕਰਨਾ ਚਾਹੁੰਦਾ ਹੈ। ਉਹਨੇ ਆਪਣੀ ਤਕਰੀਰ 'ਚ ਕਿਹਾ ਕਿ ਅੰਗਰੇਜ਼ ਹਕੂਮਤ ਕਿਉਂਕਿ ਸਾਨੂੰ ਬੰਦੇ ਹੀ ਨਹੀਂ ਸਮਝਦੀ ਇਸ ਲਈ ਕੁਝ ਵੀ ਕਰਨ ਤੋਂ ਪਹਿਲਾਂ ਸਾਨੂੰ ਆਪਣੀ ਇਨਸਾਨੀ ਹੋਣਦ ਦੇ ਗੌਰਵ ਨੂੰ ਪਛਾਣਨਾ ਚਾਹੀਦਾ ਹੈ। ਦੂਜੀ ਗੱਲ ਇਹ ਕਿ ਭੇਜੇ ਜਾਣ ਵਾਲੇ ਹਜ਼ਾਰਾਂ ਡੈਪੂਟੇਸ਼ਨ ਕੈਨੇਡੀਅਨ ਤੇ ਹਿੰਦ ਦੀ ਹਕੂਮਤ ਦੇ ਵਿਚਾਰਾਂ ਨੂੰ ਨਹੀਂ ਬਦਲ ਸਕਣਗੇ। ਕੈਨੇਡਾ 'ਚ ਦਾਖਲ ਹੋਣ ਦੇ ਅਧਿਕਾਰ ਨੂੰ ਹਾਸਲ ਕਰਨ ਦਾ ਇੱਕੋ ਇੱਕ ਤੇ ਸੌਖਾ ਤਰੀਕਾ ਇਹ ਹੈ ਕਿ ਅਸੀਂ ਆਪਣਾ ਜਹਾਜ਼ ਕਿਰਾਏ ਤੇ ਕਰੀਏ ਤੇ ਸਾਰੀਆਂ ਲੋੜੀਂਦੀਆਂ ਕਾਨੂੰਨੀ ਸ਼ਰਤਾਂ ਦੀ ਪਾਲਣਾ ਕਰਦੇ ਆ ਕੈਨੇਡਾ ਵੱਲ ਸਿੱਧੀ ਯਾਤਰਾ ਆਰੰਭ ਕਰੀਏ। ਦੂਜੀ ਗੱਲ ਇਹ ਕਿ ਸਾਡੇ ਭਾਈਚਾਰੇ ਦੇ ਹਰੇਕ ਬੰਦੇ ਦੀ ਜ਼ਮਾਨਤ ਵਜੋਂ ਜੋ ਕੈਨੇਡਾ 'ਚ ਦਾਖਲ ਹੋਣਾ ਚਾਹੁੰਦਾ ਹੈ ਕਿਸੇ ਕੈਨੇਡੀਅਨ ਬੈਂਕ 'ਚ 1 ਲੱਖ ਡਾਲਰ ਜਮ੍ਹਾਂ ਕਰਵਾ ਦੇਣਾ ਚਾਹੀਦਾ ਹੈ। ਤਾਂ ਕਿ ਸਾਡੀ ਆਰਥਿਕ ਹੈਸੀਅਤ ਨੂੰ ਲੈ ਕੇ ਕੈਨੇਡੀਅਨ ਹਕੂਮਤ ਕੋਈ ਸਵਾਲ ਹੀ ਖੜਾ ਨਾ ਕਰ ਸਕੇ ਗੁਰਦਿੱਤ ਸਿੰਘ ਨੇ ਪੁੱਛਿਆ ਕਿ ਜੇ ਸੰਗਤ ਨੂੰ ਆਗਿਆ ਦੇਵੇ ਤਾਂ ਯਾਤਰਾ ਤੇ ਜਾਣ ਲਈ ਲੋੜੀਂਦੀਆਂ ਤਿਆਰੀਆਂ ਆਰੰਭ ਸਕਦਾ ਹੈ ਸੰਗਤ ਨੇ ਕਿਹਾ ਕਿ ਜੇ ਉਹ ਸਬੂਤ ਵਜੋਂ ਕੈਨੇਡਾ ਦੀ ਇੱਕ ਸਫਲ ਯਾਤਰਾ ਕਰ ਲਏਗਾ ਤੇ ਸੰਗਤ ਨੂੰ 80 ਲੱਖ ਰੁਪਏ ਇਕੱਠੇ ਕਰਕੇ ਦੇਣ ਦਾ ਵਚਨ ਦਿੰਦੀ ਹੈ ਗੁਰਦਿਤ ਸਿੰਘ ਵੱਲੋਂ ਜਹਾਜ਼ ਕਰਾਈ ਤੇ ਕਰਕੇ ਕੈਨੇਡਾ ਜਾਣ ਬਾਰੇ ਉਹਦੇ ਯਾਤਨ ਦੇ ਪਿੱਛੋਕੜ ਦਾ ਬਿਰਤਾਂਤ ਉਹਦੇ ਆਪਣੇ ਸ਼ਬਦਾਂ 'ਚ ਪੜਨਾ ਜ਼ਿਆਦਾ ਦਿਲਚਸਪ ਹੋਏਗਾ ਉਹ ਲਿਖਦਾ ਹੈ ਜਦ ਮੈਂ ਮਲਾਇਆ 'ਚ ਆਪਣੇ ਕੰਮ ਤੇ ਲੱਗਾ ਹੋਇਆ ਸੀ ਤੇ ਮੇਰੇ ਕਈ ਦੇਸ਼ ਭਾਈ ਚੰਗੇ ਕਰਾਂ ਦੇ ਸਨ ਕੈਨੇਡਾ ਤੋਂ ਗਰੀਬ ਤੇ ਬੁਰੀ ਹਾਲਤ 'ਚ ਵਾਪਸ ਆਏ ਤੇ ਹਿੰਦੁਸਤਾਨ ਜਾਣ ਲਈ ਕਰਾਇਆ ਪ੍ਰਾਪਤ ਕਰਨ ਦੀ ਗਰਜ ਨਾਲ ਮੇਰੇ ਕੋਲ ਆਏ ਤਮੈ ਉਹਨਾਂ ਦੀ ਜ਼ਬਾਨੀ ਉਹਨਾਂ ਬੇਹੱਦ ਦੁੱਖਾਂ ਦਾ ਜ਼ਿਕਰ ਸੁਣਿਆ ਜੋ ਉਹਨਾਂ ਨੂੰ ਕੈਨੇਡਾ ਦੀ ਪੋਰਟ ਤੇ ਪਹੁੰਚਣ ਸਮੇਂ ਸਹਿਣਾ ਪਿਆ ਫਿਰ ਉੱਥੋਂ ਵਾਪਸ ਹੋਣਾ ਪਿਆ ਇੱਕ ਤਰਫ ਤਾਂ ਬਦਸਲੂਕੀ ਦੀ ਕਹਾਣੀ ਮੈਂ ਸੁਣੀ ਜੋ ਅੰਗਰੇਜ਼ੀ ਅਫਸਰਾਂ ਨੇ ਹਿੰਦਿਆ ਨਾਲ ਕੀਤੀ ਸੀ ਤੇ ਦੂਜੀ ਤਰਫ ਮੈਂ ਅਖਬਾਰ 'ਚ ਉਹਨਾਂ ਮੁਸੀਬਤਾਂ ਦਾ ਹਾਲ ਪੜਿਆ ਜੋ ਦੱਖਣੀ ਅਫਰੀਕਾ ਤੇ ਹੋਰ ਅੰਗਰੇਜ਼ ਬਸਤੀਆਂ 'ਚ ਮੇਰੇ ਦੇਸ਼ ਭਾਈਆਂ ਤੇ ਆ ਰਹੀਆਂ ਸਨ ਤਾਂ ਮੇਰਾ ਦਿਲ ਪਿਘਲ ਗਿਆ ਤੇ ਮੈਂ ਆਪਣੇ ਦੇਸ਼ ਵਾਸੀਆਂ ਦੇ ਹੱਕ ਦੀ ਖਾਤਰ ਕੋਸ਼ਿਸ਼ ਕਰਨ ਦਾ ਪੱਕਾ ਇਰਾਦਾ ਕਰ ਲਿਆ ਇਸ ਤੋਂ ਬਿਨਾ ਇਨਾਂ ਹੀ ਦਿਨਾਂ 'ਚ ਮੈਨੂੰ ਪਤਾ ਲੱਗਾ ਕਿ ਮੇਰੇ ਲਈ ਦੇਸ਼ ਭਾਈ ਕੈਨੇਡਾ 'ਚ ਜਾਣ ਦਾ ਇਰਾਦਾ ਰੱਖਦੇ ਹਨ ਪਰ ਜਦ ਉਹਨਾਂ ਨੇ ਜਹਾਜ਼ ਦੀਆਂ ਕੰਪਨੀਆਂ ਤੋਂ ਸਫ਼ਰ ਦੇ ਲਈ ਟਿਕਟਾਂ ਮੰਗੀਆਂ ਤਾਂ ਉਹਨਾਂ ਨੂੰ ਸਾਫ਼ ਜਵਾਬ ਇਹ ਮਿਲਿਆ ਕਿ ਕੈਨੇਡਾ ਵਾਸਤੇ ਕਿਸੇ ਹਿੰਦੀ ਨੂੰ ਟਿਕਟ ਨਹੀਂ ਮਿਲ ਸਕਦਾ ਖਾਸ ਇਸ ਹਾਲਤ ਨੇ ਮੇਰੇ ਖਿਆਲ ਨੂੰ ਹੋਰ ਪੱਕਾ ਕਰ ਦਿੱਤਾ ਕਿ ਦੇਸ਼ ਵਾਸੀਆਂ ਦੇ ਹੱਕਾਂ ਲਈ ਕੋਸ਼ਿਸ਼ ਕਰਾਂ ਪਰ ਇਸੇ ਤਰ੍ਹਾਂ ਕੋ ਜਮਲੀ ਕਾਰਵਾਈ ਕਰਨ ਦੀ ਗਰਜ਼ ਨਾਲ ਮੈਂ ਸਿੱਧਾ ਹਾਂਗਕਾਂਗ ਨੂੰ ਰਵਾਨਾ ਹੋਇਆ ਹਾਂਗਕਾਂਗ ਪਹੁੰਚ ਕੇ ਮੈਨੂੰ ਪਤਾ ਲੱਗਾ ਕਿ ਕੈਨੇਡਾ ਦੇ ਹਿੰਦਿਆ ਦੀ ਬਾਬਤ ਮੈਂ ਜੋ ਕੁਝ ਸੁਣਿਆ ਸੀ ਉਹ ਬਿਲਕੁਲ ਠੀਕ ਸੀ ਹਾਂਗਕਾਂਗ 'ਚ ਇੱਕ ਜਲਸਾ ਕਰਵਾਇਆ ਜਿਸ 'ਚ ਆਪਣੇ ਦੇਸ਼ ਵਾਸੀਆਂ ਨੂੰ ਕਿਹਾ ਕਿ ਸਾਡੀ ਬੇਅਕਲੀ ਹੈ ਕਿ ਅਸੀਂ ਹੋਰ ਮੁਲਕਾਂ 'ਚ ਮਜ਼ਦੂਰੀ ਕਰਨ ਜਾਈਏ ਕਿ ਇਹ ਚੰਗਾ ਹੋਵੇ ਕਿ ਅਸੀਂ ਆਪਣੇ ਇਸ ਆਣ ਜਾਣ ਦੀ ਤਹਿਰੀਕ ਨੂੰ ਮਜ਼ਦੂਰੀ ਦੀ ਜਗ੍ਹਾ ਵਪਾਰ ਦੀ ਤਰਫ ਮੋੜ ਲਈਏ ਤੇ ਇਸੇ ਤਰ੍ਹਾਂ ਆਪਣੇ ਵਤਨ ਤੇ ਹੋਰਨਾ ਮੁਲਕਾਂ 'ਚ ਵਪਾਰ ਨੂੰ ਤਰੱਕੀ ਦੇਈਏ ਇਸ ਖਿਆਲ ਨੂੰ ਅਮਲੀ ਸੂਰਤ ਦੇਣ ਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪ ਜਹਾਜ਼ੀ ਕੰਪਨੀ ਖੋਲੀਏ ਆਪਣੇ ਜਹਾਜ਼ਾਂ ਦੇ ਜ਼ਰੀਏ ਦੂਜੇ ਮੁਲਕਾਂ ਨਾਲ ਵਪਾਰ ਕਰੀਏ ਦੂਜੇ ਗੈਰ ਮੁਲਕ ਵਿੱਚ ਜ਼ਮੀਨਾਂ ਵੀ ਹਾਸਲ ਕਰਨੀਆਂ ਚਾਹੀਦੀਆਂ ਹਨ ਜਿੱਥੇ ਜਾ ਕੇ ਸਾਡੇ ਲੋਕ ਹੁਣ ਦੇ ਜ਼ਮਾਨੇ ਦੇ ਨਵੇਂ ਤਰੀਕੇ ਅਨੁਸਾਰ ਖੇਤੀਬਾੜੀ ਖੇਤੀ ਕਰਨ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਅਮਲੀ ਕਾਰੋਬਾਰ 'ਚ ਲੱਗ ਜਾਣ। ਇਸ ਜਲਸੇ 'ਚ ਕੋਈ 20 ਦੇਸ਼ਵਾਸੀ ਸ਼ਾਮਲ ਹੋਣਗੇ। ਜਿਨ੍ਹਾਂ ਨੇ ਕਿਹਾ ਕਿ ਮੇਰਾ ਖਿਆਲ ਸਲਾਉਣ ਦੇ ਲਾਇਕ ਹੈ ਤੇ ਇਹ ਉਮੀਦ ਤੇ ਹਿੰਮਤ ਦਿਵਾਈ ਕਿ ਜੋ ਸਾਡੇ ਭਾਈਏ ਇਸ ਵਕਤ ਕੈਨੇਡਾ 'ਚ ਹਨ ਉਹ ਜ਼ਰੂਰ ਇਸ ਵਿਚਾਰ ਨੂੰ ਪਸੰਦ ਕਰਨਗੇ ਤੇ ਇਹਨਾਂ ਨੂੰ ਮਤਲਬ ਭਾਰਤ ਮਾਤਾ ਵਾਸਤੇ ਰੁਪਏ ਵੀ ਦੇਣਗੇ। हां ਰੁਪਈਆ ਤਾਂ ਦੁਨੀਆ ਦੇ ਹਰ ਹਿੱਸੇ 'ਚ ਆ ਜਾਏਗਾ ਜਿੱਥੇ ਕਿਤੇ ਹਿੰਦੂਸਤਾਨੀ ਵੱਸੇ ਹਨ ਤੇ ਖੁਦ ਹਿੰਦੂਸਤਾਨ ਤੋਂ ਵੀ ਤੇ ਜੋ ਭਾਈ ਜਲਸੇ 'ਚ ਸ਼ਾਮਲ ਹਨ ਉਹਨਾਂ ਵਿੱਚੋਂ ਬਾਜੀ ਬੋਲੇ ਕਿ ਜਿਸ ਤਰ੍ਹਾਂ ਕੰਮ ਕਰਨ ਦਾ ਇਰਾਦਾ ਸੀ ਕੀਤਾ ਉਹਨੂੰ ਅੰਗਰੇਜ਼ੀ ਸਰਕਾਰ ਪਸੰਦ ਨਹੀਂ ਕਰੇਗੀ ਤੇ ਜੇ ਅਸੀਂ ਰੁਪਿਆ ਇਕੱਠਾ ਕਰ ਵੀ ਲਿਆ ਤਾਂ ਗਵਰਨਮੈਂਟ ਅਜਿਹੀਆਂ ਰੁਕਾਵਟਾਂ ਪਾਏਗੀ ਕਿ ਅਸੀਂ ਜਹਾਜ਼ ਖਰੀਦ ਨਹੀਂ ਸਕਾਂਗੇ ਤੇ ਇਸ ਕੰਮ ਨੂੰ ਜਾਰੀ ਨਾ ਕਰ ਸਕਾਂਗੇ ਇਹ ਸੁਣ ਕੇ ਮੈਂ ਖੜੇ ਹੋ ਕੇ ਕਿਹਾ ਕਿ ਅਜੇ ਆ ਕੋਈ ਕਾਨੂੰਨ ਨਹੀਂ ਜੋ ਸਾਨੂੰ ਵਾਜਬੀ ਕਾਰੋਬਾਰ ਤੋਂ ਰੋਕੇ ਅਤੇ ਲੋਕਾਂ ਨੂੰ ਅਜੇ ਬੇਕਾਰ ਖਿਆਲ ਨਹੀਂ ਰੱਖਣੇ ਚਾਹੀਦੇ ਮੇਰੇ ਦੋਸਤ ਬੋਲੇ ਕਿ ਕੈਨੇਡਾ ਦੇ ਕਾਨੂੰਨ ਬਿਲਕੁਲ ਉਲਟ ਮਾਨੇ ਰੱਖਦੇ ਹਨ ਜੋ ਕਿ ਉਹਨਾਂ ਦੀ ਜ਼ਾਹਿਰਾ ਇਬਾਰਤ ਤੋਂ ਮਾਲੂਮ ਨਹੀਂ ਹੁੰਦੇ ਮੈਂ ਜਵਾਬ ਦਿੱਤਾ ਕਿ ਕੈਨੇਡਾ ਦਾ ਕਾਨੂੰਨ ਇਹ ਹੈ ਕਿ ਜਿਸ ਆਦਮੀ ਦੀ مالی ਹਾਲਤ ਠੀਕ ਨਾ ਹੋਵੇ ਉਹਨੂੰ ਉਸ ਮੁਲਕ ਵਿੱਚ ਆਉਣ ਤੋਂ ਰੋਕ ਦਿੱਤਾ ਜਾਏ ਪਰ ਅਸੀਂ ਅਜੇ ਇਹ ਇੰਤਜ਼ਾਮ ਕਰਾਂਗੇ ਕਿ ਸਾਡੇ ਵਿੱਚੋਂ ਹਰ ਇੱਕ ਦੇ ਕੋਲ ਕਾਫੀ ਰੁਪਇਆ ਹੋਵੇ ਕਿ ਕਿਸੇ ਦਾ ਸਾਡੇ ਉੱਪਰ ਸ਼ਾਕੀ ਨਾ ਹੋ ਸਕੇ ਇਸ ਕਿਸਮ ਦੇ ਕੁਝ ਹੋਰ ਬਹਿਸ-ਵਿਵਾਸੇ ਤੋਂ ਪਿਛੋਂ ਹੀ ਫੈਸਲਾ ਹੋਇਆ ਕਿ ਸਭ ਤਜ਼ਵੀਜ਼ਾਂ ਪੇਸ਼ ਹੋਈਆਂ ਹਨ ਮਨਜ਼ੂਰ ਹੋਣ ਫਿਰ ਸਾਰੀਆਂ ਤਜ਼ਵੀਜ਼ਾਂ ਦੀ ਮਨਜ਼ੂਰੀ ਤੋਂ ਬਾਅਦ ਜਲਸਾ ਬਰਖਾਸਤ ਹੋ ਗਿਆ ਇਸ ਤੋਂ ਬਾਅਦ ਮੈਂ ਸਿੰਗਾਪੁਰ ਗਿਆ ਕਈ ਲੀਡਰਾਂ ਨਾਲ ਸਲਾਹ ਕੀਤੀ ਹੋਰ ਸਭ ਭਾਈਆਂ ਨੂੰ ਨੋਟਿਸ ਭੇਜ ਦਿੱਤੇ ਕਿ ਉਹ ਸਾਡੀ ਇਸ ਜਹਾਜ਼ ਕੰਪਨੀ ਦੇ ਹਿੱਸੇ ਮਤਲਬ ਸ਼ੇਅਰ ਖਰੀਦਣ ਸਿੰਗਾਪੁਰ ਚ ਮੈਂ ਆਪਣੇ ਇੱਕ ਚੀਨੀ ਦੋਸਤ ਮਿਸਟਰ ਲੀ ਪੈਕ ਹੂਨ ਨਾਲ ਵੀ ਸਲਾਹ ਕੀਤੀ ਕਿ ਜਹਾਜ਼ ਕਿਸ ਤਰ੍ਹਾਂ ਖਰੀਦਣਾ ਚਾਹੀਦਾ ਮੈਂ ਅਜਮਾਇਸਟ ਦੇ ਤੌਰ ਤੇ ਦੇਖਣ ਲਈ ਕਿ ਜਹਾਜ਼ ਚਾਰਟਰ ਕਰਾਉਣਾ ਚਾਹੁੰਦਾ ਸੀ ਕਿ ਅੰਗਰੇਜ਼ੀ ਗਵਰਨਮੈਂਟ ਸਾਡੇ ਇਸ ਕੰਮ 'ਚ ਕੋਈ ਰੁਕਾਵਟ ਤਾਂ ਨਹੀਂ ਪਾਏਗੀ ਜਿਸ ਤਰ੍ਹਾਂ ਬਹੁਤ ਭਾਈਆਂ ਦਾ ਖਿਆਲ ਸੀ ਮੈਂ ਇਰਾਦਾ ਕਰ ਲਿਆ ਕਿ ਜੇ ਇਸ ਤਰਫ ਕੋਈ ਦਿੱਕਤ ਨਾ ਹੋਈ ਤਾਂ ਬਾਕਾਇਦਾ ਜਹਾਜ਼ ਕੰਪਨੀ ਖੋਲ੍ਹ ਦਿੱਤੀ ਜਾਏਗੀ ਮੈਂ ਪਹਿਲਾਂ ਵੀ ਕਈ ਅੰਗਰੇਜ਼ੀ ਜਹਾਜ਼ ਕੰਪਨੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਤੋਂ ਇੱਕ ਜਹਾਜ਼ ਮੰਗਿਆ। ਸ਼ੁਰੂ ਵਿੱਚ ਤਾਂ ਉਹਨਾਂ ਨੇ ਵਾਅਦਾ ਕਰ ਲਿਆ ਪਰ ਬਾਅਦ ਵਿੱਚ ਉਹਨਾਂ ਨੇ ਜਹਾਜ਼ ਦੇਣ ਤੋਂ ਇਨਕਾਰ ਕਰ ਦਿੱਤਾ। ਇਸੇ ਸਮੇਂ ਮੈਨੂੰ ਆਪਣੇ ਭਾਈਆਂ ਦਾ ਹਾਂਗਕਾਂਗ ਤੋਂ ਤਾਰ ਮਿਲਿਆ ਕਿ ਉੱਥੇ ਜਾ ਕੇ ਮੈਂ ਸਾਰਾ ਇੰਤਜ਼ਾਮ ਠੀਕ ਕਰਾਂ। ਮੈਂ ਉਸੇ ਵਕਤ ਆਪਣੇ ਚੀਨੀ ਦੋਸਤ ਮੈਸਜ ਕੋਡਡ ਤੇ ਤੁਰਾਲਸ ਸਮੁੰਦਰੀ ਸਰਵੇਅਰ ਦੇ ਨਾਮ ਖੱਤ ਲਿਖਿਆ ਤੇ ਹਾਂਗਕਾਂਗ ਪਹੁੰਚਦੀ ਉਹਨਾਂ ਨੂੰ ਮਿਲਿਆ। ਇਨਾਂ ਦੇ ਜ਼ਰੀਏ ਅੰਗਰੇਜ਼ੀ ਕੰਪਨੀ ਜਾਰਡੀਨ ਦਾ ਇੱਕ ਜਹਾਜ਼ 9000 ਡਾਲਰ ਮਹੀਨੇ ਤੇ ਲੈਣ ਦਾ ਫੈਸਲਾ ਹੋਇਆ ਪਰ ਜਦੋਂ ਕਾਗਜ਼ਾਂ ਤੇ ਦਸਖਤ ਹੋਣ ਦਾ ਮੌਕਾ ਆਇਆ ਤੇ ਸਨਦ ਬਣ ਚੁੱਕੀ ਤਾਂ ਜਾਰਡੀਨ ਕੰਪਨੀ ਵਾਲਿਆਂ ਨੂੰ ਪਤਾ ਲੱਗਾ ਕਿ ਸਨਦ ਲੈਣ ਵਾਲਾ ਇੱਕ ਹਿੰਦੂਸਤਾਨੀ ਹੈ ਉਹਨਾਂ ਨੇ ਇਕਰਾਰਨਾਮਾ ਤੋੜ ਦਿੱਤਾ ਧੰਨਵਾਦ ਚਲਦਾ